ਆਓ ਪਿਆਰੇ ਬੱਚਿਓ ਰਲ ਕੇ ਕਰੀਏ ਸਵੇਰ ਦੀ ਸਬਾ ਤਾਂ ਬੱਚਿਓ ਅੱਜ ਦੀ ਸਵੇਰ ਦੀ ਸਬਾ ਤੁਹਾਡੇ ਲਈ ਬਹੁਤ ਹੀ ਰੋਚਕ ਜਾਣਕਾਰੀ ਲੈ ਕੇ ਆਈ ਹੈ ਤਾਂ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ ਤੋਂ ਤਾਂ ਬੱਚਿਓ ਅੱਜ ਦਾ ਦਿਨ ਹੈ ਬੁੱਧਵਾਰ ਅੱਜ ਦੀ ਮਿਤੀ ਹੈ 27 ਜਨਵਰੀ 2021 ਅੱਜ ਦਾ ਵਿਚਾਰ ਤਾਂ ਬੱਚਿਓ ਅੱਜ ਦਾ ਵਿਚਾਰ ਹੈ ਸਮੇਂ ਦੀ ਕਦਰ ਕਰੋ ਹਾਂਜੀ ਬੱਚਿਓ ਬਹੁਤ ਵਧੀਆ ਹੈ ਅੱਜ ਦਾ ਵਿਚਾਰ ਕਿ ਸਾਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਦੇਖੋ ਬੱਚਿਓ ਕੋਈ ਗਵਾਚੀ ਚੀਜ਼ ਤਾਂ ਹੱਥ ਆ ਸਕਦੀ ਹੈ ਪਰੰਤੂ ਬਿੱਤਿਆ ਸਮਾਂ ਕਿਸੇ ਧਨ ਜਾਂ ਕੀਮਤ ਨਾਲ ਵੀ ਵਾਪਸ ਨਹੀਂ ਆ ਸਕਦਾ ਇਸ ਕਰਕੇ ਸਾਨੂੰ ਸਮੇਂ ਦੇ ਨਿੱਕੇ ਤੋਂ ਨਿੱਕੇ ਅੰਸ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਬੱਚਿਓ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਟਾਈਮ ਵਾਂਸ ਗੋਨ ਕੈਨ ਨਾਟ ਬੀ ਰਿਕੋਰਡ ਇੱਕ ਵਾਰ ਜੋ ਸਮਾਂ ਹੱਥ ਚੋਂ ਨਿਕਲ ਜਾਂਦਾ ਹੈ ਉਸ ਨੂੰ ਦੁਬਾਰਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਬੱਚਿਓ ਸ਼ੈਕਸਪੀਅਰ ਨੇ ਵੀ ਕਿਹਾ ਹੈ ਜੋ ਸਮੇ ਨੂੰ ਨਸ਼ਟ ਕਰਦਾ ਹੈ ਸਮਾਂ ਉਸ ਨੂੰ ਨਸ਼ਟ ਕਰ ਦਿੰਦਾ ਹੈ ਸਮੇ ਬਾਰੇ ਭਾਈ ਵੀਰ ਸਿੰਘ ਜੋ ਕਿ ਇੱਕ ਬਹੁਤ ਹੀ ਵੱਡੇ ਲਿਖਾਰੀ ਹੋਏ ਹਨ ਉਹਨਾਂ ਨੇ ਸਮੇਂ ਦੀ ਕਦਰ ਕਵਿਤਾ ਵਿੱਚ ਸਮੇਂ ਦੀ ਸੰਭਾਲ ਬਾਰੇ ਬਹੁਤ ਹੀ ਵਧੀਆ ਲਾਈਨਾਂ ਲਿਖੀਆਂ ਹਨ ਉਹ ਲਾਈਨਾਂ ਹਨ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਂਦਾ ਏ ਠਹਿਰਨ ਜਾਂਚ ਨਾ ਜਾਂਵਦਾ ਲੰਘ ਗਿਆ ਨਾ ਮੁੜ ਕੇ ਆਵਦਾ ਹਾਂਜੀ ਬੱਚਿਓ ਇਹ 17 ਸਾਨੂੰ ਇਹੀ ਦਰਸਾ ਰਹੀਆਂ ਹਨ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਸਮੇਂ ਦੀ ਹੁਣ ਕਦਰ ਨਾ ਕੀਤੀ ਤਾਂ ਜਦੋਂ ਸਮਾਂ ਲੰਘ ਗਿਆ ਤਾਂ ਉਸ ਤੋਂ ਬਾਅਦ ਸਾਡੇ ਕੋਲ ਪਛਤਾਉਣ ਤੋਂ ਬਿਨਾ ਹੋਰ ਕੁਝ ਨਹੀਂ ਰਹੇਗਾ ਇਸ ਕਰਕੇ ਬੱਚਿਓ ਸਮੇਂ ਦੀ ਕਦਰ ਕਰੋ ਚਲੋ ਅੱਗੇ ਵੱਧਦੇ ਹਾਂ ਗਿਆਨ ਵਿਗਿਆਨ ਦੇ ਪ੍ਰਸ਼ਨਾਂ ਵੱਲ ਤਾਂ ਬੱਚਿਓ ਗਿਆਨ ਵਿਗਿਆਨ ਦਾ ਪਹਿਲਾ ਪ੍ਰਸ਼ਨ ਹੈ ਭਾਰਤ ਕਿਸ ਮਹਾਦੀਪ ਵਿੱਚ ਸਥਿਤ ਹੈ ਹਾਂਜੀ ਬੱਚੋ ਭਾਰਤ ਜੋ ਹੈ ਉਹ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ ਦੇਖੋ ਬੱਚੋ ਆਪਣੇ ਸੰਸਾਰ ਵਿੱਚ ਸੱਤ ਮਹਾਦੀਪ ਹਨ ਕਿਹੜੇ ਕਿਹੜੇ ਏਸ਼ੀਆ ਮਹਾਦੀਪ ਅਫਰੀਕਾ ਮਹਾਦੀਪ ਉੱਤਰੀ ਅਮਰੀਕਾ ਮਹਾਦੀਪ ਦੱਖਣੀ ਅਮਰੀਕਾ ਮਹਾਦੀਪ ਯੂਰਪ ਮਹਾਦੀਪ ਅੰਟਾਰਕਟਿਕਾ ਮਹਾਦੀਪ ਅਤੇ ਆਸਟ੍ਰੇਲੀਆ ਮਹਾਦੀਪ ਤੋ ਜੋ ਭਾਰਤ ਹੈ ਉਹ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ ਤੇ ਬੱਚਿਓ ਸਭ ਤੋਂ ਵੱਡਾ ਮਹਾਦੀਪ ਵੀ ਏਸ਼ੀਆ ਮਹਾਦੀਪ ਹੈ ਕਿਉਂਕਿ ਇਸ ਦੀ ਜਨਸੰਖਿਆ ਸਭ ਤੋਂ ਜ਼ਿਆਦਾ ਹੈ ਅਤੇ ਸਭ ਤੋਂ ਛੋਟਾ ਮਹਾਦੀਪ ਆਸਟ੍ਰੇਲੀਆ ਮਹਾਦੀਪ ਹੈ ਇਸ ਦੀ ਜਨਸੰਖਿਆ ਘੱਟ ਹੈ ਚਲੋ ਅੱਗੇ ਵਧਿਏ ਅਗਲੇ ਪ੍ਰਸ਼ਨ ਵੱਲ ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ਹਾਂਜੀ ਬੱਚਿਓ ਪੰਜਾਬ ਦਾ ਰਾਜ ਜਾਨਵਰ ਕਾਲਾ ਹਿਰਨ ਹੈ ਬੱਚਿਓ ਇਸ ਬਾਰੇ ਥੋੜੀ ਜਾਣਕਾਰੀ ਲਓ ਇਸ ਨੂੰ ਬਲੈਕ ਬੱਕ ਵੀ ਕਿਹਾ ਜਾਂਦਾ ਹੈ ਇਹ ਉਹ ਪ੍ਰਜਾਤੀ ਹੈ ਜੋ ਹਿੰਦ ਉਪਮਹਾਦੀਪ ਵਿੱਚ ਮਿਲਦੀ ਹੈ ਬੱਚਿਓ ਇਸ ਦੇ ਸਿੰਗਾਂ ਵਿੱਚ ਛੱਲਿਆਂ ਵਰਗੇ ਉਭਾਰ ਹੁੰਦੇ ਹਨ ਇਸ ਦੇ ਸਰੀਰ ਦੀ ਲੰਬਾਈ 100 ਤੋਂ 150 ਸੈਂਟੀਮੀਟਰ ਤੱਕ ਹੁੰਦੀ ਹੈ ਇਹ 80 ਕਿਲੋਮੀਟਰ ਤੱਕ ਦੌੜ ਸਕਦਾ ਹੈ ਬੱਚਿਓ ਇਸ ਨੂੰ ਰਾਜਸੀ ਜਾਨਵਰ 15 ਮਾਰਚ 1899 ਈਸਵੀ ਦੇ ਵਿੱਚ ਐਲਾਨਿਆ ਗਿਆ ਸੀ ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਵੱਲ ਤਾਂ ਬੱਚਿਓ ਅਗਲਾ ਪ੍ਰਸ਼ਨ ਹੈ ਨੇਮ ਦਾ ਮੰਥ ਵਿਚ ਹੈਜ਼ 28 অর 29 ਡੇਸ ਹਾਂਜੀ ਬੱਚਿਓ ਇਸ ਪ੍ਰਸ਼ਨ ਦਾ ਅਰਥ ਹੈ ਕਿ ਉਹ ਮਹੀਨੇ ਦੇ ਨਾਮ ਦੱਸੋ ਜਿਸ ਦੇ 28 ਜਾਂ 29 ਦਿਨ ਹੁੰਦੇ ਹਨ ਹਾਂਜੀ ਤਾਂ ਬੱਚਿਓ ਇਸ ਦਾ ਸਹੀ ਉੱਤਰ ਹੈ ਫ फेब्रुवारी ਹਾਂਜੀ ਬੱਚਿਓ ਫਰਵਰੀ ਦੇ ਮਹੀਨੇ ਵਿੱਚ 28 ਜਾਂ 29 ਦਿਨ ਹੁੰਦੇ ਹਨ ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਵੱਲ ਤਾਂ ਬੱਚਿਓ ਅੱਜ ਦਾ ਅਗਲਾ ਪ੍ਰਸ਼ਨ ਹੈ ਅਟਾਰੀ ਬਾਰਡਰ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਹਾਂਜੀ ਤਾਂ ਬੱਚਿਓ ਵਾਗਾ ਬਾਰਡਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈ ਬੱਚਿਓ ਇਹ ਸਿੱਖਾਂ ਦੀ ਪਵਿੱਤਰ ਨਗਰੀ ਹੈ ਬੱਚਿਓ ਇਹ ਅੰਮ੍ਰਿਤਸਰ ਤੋਂ 25 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ ਇਹ ਭਾਰਤ ਦੀ ਰਾਸਤਾਨੀ ਦਿੱਲੀ ਨੂੰ ਲਾਹੌਰ ਪਾਕਿਸਤਾਨ ਨਾਲ ਜੋੜਨ ਵਾਲੀ ਰੇਲਵੇ ਲਾਈਨ ਦੇ ਰੂਟ ਦਾ ਆਖਰੀ ਸਟੇਸ਼ਨ ਹੈ ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਵੱਲ 1 ਘੰਟੇ ਵਿੱਚ ਕਿੰਨੇ ਸਕਿੰਟ ਹੁੰਦੇ ਹਨ ਦੇਖੋ ਬੱਚਿਓ 1 ਘੰਟੇ ਵਿੱਚ ਮਿੰਟ 60 ਹੁੰਦੇ ਹਨ ਤੇ 1 ਘੰਟੇ ਵਿੱਚ ਸਕਿੰਟ 3600 ਹੋਣਗੇ ਠੀਕ ਹੈ ਬੱਚੋ ਅੱਗੇ ਵਧਿਏ ਆਓ ਬੁੱਝੀਏ ਹਾਂਜੀ ਬੱਚੋ ਅੱਜ ਦੀ 부ਜਾਰਤ ਹੈ ਕਾਲਾ ਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਡੋ ਖਾਣੀ ਪੀਂਦਾ ਸੀ ਖੇਤਾਂ ਦੇ ਵਿੱਚ ਰਹਿੰਦਾ ਸੀ ਹਾਂਜੀ ਬੱਚੋ ਬੁੱਝੋ ਬਹੁਤ ਵਧੀਆ ਹੈ ਅੱਜ ਦੀ 부ਜਾਰਤ ਹਾਂਜੀ ਰਾਜੇ ਕਾਲੇ ਰੰਗ ਦਾ ਕਲਿੱਤਰ ਸੀ ਤੇ ਕਾਲੇ ਹੀ ਪਿਓ ਦਾ ਪੁੱਤਰ ਸੀ ਅੱਡੋ ਪਾਣੀ ਪਿੰਦਾ ਸੀ ਤੇ ਖੇਤਾਂ ਦੇ ਵਿੱਚ ਰਹਿੰਦਾ ਸੀ ਹਾਂਜੀ ਬੱਚਿਓ ਹਾਂਜੀ ਇਸ ਦਾ ਸਹੀ ਉੱਤਰ ਹੈ ਬੈਂਗਨ ਸਭ ਨੇ ਦੇਖਿਆ ਹੀ ਹੈ ਅੱਗੇ ਚੱਲੋ ਅੱਗੇ ਵਧੀਏ ਅੱਜ ਦੇ ਸ਼ਬਦ ਤਾਂ ਬੱਚਿਓ ਅੱਜ ਦਾ ਪਹਿਲਾ ਸ਼ਬਦ ਹੈ ਪਲੇਨ ਪਲੇਨ ਹੁੰਦਾ ਹੈ ਸਾਫ ਅੱਜ ਦਾ ਦੂਸਰਾ ਸ਼ਬਦ ਹੈ ਬ੍ਰੇਨ ਬ੍ਰੇਨ ਹੁੰਦਾ ਹੈ ਦਿਮਾਗ ਅੱਜ ਦਾ ਤੀਸਰਾ ਸ਼ਬਦ ਹੈ ਚੇਨ ਚੇਨ ਹੁੰਦਾ ਹੈ ਕੈਦ ਅੱਜ ਦਾ ਚੌਥਾ ਸ਼ਬਦ ਹੈ ਗ੍ਰੇਨ ਗ੍ਰੇਨ ਹੁੰਦਾ ਹੈ ਅਨਾਜ ਅੱਜ ਦਾ ਪੰਜਵਾਂ ਸ਼ਬਦ ਹੈ ਸਟੇਨ ਸਟੇਨ ਹੁੰਦਾ ਹੈ ਛਾਨਣਾ